ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਮਨ ਸੰਧੂ। ਤੁਹਾਡਾ ਸਭ ਦਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਐਨਾਲਿਸਿਸ ਦੇ ਵਿੱਚ। ਕੈਨੇਡਾ ਦੀ ਆਰਥਿਕਤਾ ਬਾਰੇ ਗੱਲਾਂ ਚੱਲ ਰਹੀਆਂ ਹਨ ਕਿ ਇਹ ਮਜ਼ਬੂਤ ਹੋ ਰਹੀ ਹੈ, ਵਪਾਰ ਵਿੱਚ ਵਾਧਾ ਹੋ ਰਿਹਾ, ਨੌਕਰੀਆਂ ਵੀ ਵੱਧ ਰਹੀਆਂ ਹਨ, ਅਤੇ ਨਾਲ ਹੀ ਨਾਲ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਵਧਾਉਣ ਦੀ ਤਿਆਰੀ ਵੀ ਕਰ ਲਈ ਹੈ। ਇਸ ਸਭ ਦੇ ਵਿੱਚ ਕਿੰਨਾ ਕੁ ਸੱਚ ਹੈ ਅਤੇ ਇਸ ਦੇ ਉੱਤੇ ਵਿਚਾਰ ਵਟਾਂਦਰਾ ਕਰਨ ਲਈ ਮੇਰੇ ਨਾਲ ਹਾਜ਼ਰ ਨੇ ਸਾਡੇ ਪ੍ਰਾਈਮ ਐਨਾਲਿਸਟ ਡਾਕਟਰ ਪ੍ਰਿਥੀਪਾਲ ਸਿੰਘ ਸੋਹੀ ਜੀ। ਡਾਕਟਰ ਸਾਹਿਬ, ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ। ਜਿਵੇਂ ਕਿ ਅੱਜ ਕੱਲ੍ਹ ਗੱਲਾਂ ਚੱਲ ਰਹੀਆਂ ਹਨ ਕਿ ਬੈਂਕ ਆਫ ਕੈਨੇਡਾ ਨੇ ਮੋਰਗੇਜ ਦੀਆਂ ਵਿਆਜ ਦਰਾਂ ਵਧਾਉਣ ਦੀ ਤਿਆਰੀ ਕਰ ਲਈ ਹੈ, ਇਸ ਵਿੱਚ ਕਿੰਨਾ ਕੁ ਸੱਚ ਹੈ? ਕਾਫੀ ਸੱਚ ਹੈ ਇਹਦੇ ਵਿੱਚ, ਖਾਸ ਤੌਰ 'ਤੇ ਅਸੀਂ ਦੇਖੀਏ ਜੇ ਇਕਾਨਮੀ ਦੇ ਪੁਆਇੰਟ ਆਫ ਵਿਊ ਦੇ ਨਾਲ ਕਿ ਬਹੁਤ ਸਾਰੀਆਂ ਗੱਲਾਂ ਨਵੀਆਂ ਆ ਰਹੀਆਂ ਹਨ। ਰਮਨਦੀਪ, ਸਭ ਤੋਂ ਪਹਿਲਾਂ ਤਾਂ ਇਹ ਦੇਖਿਆ ਜਾ ਰਿਹਾ ਕਿ ਕੈਨੇਡਾ ਦੇ ਪਿਛਲੇ ਇੱਕ ਮਹੀਨੇ ਤੋਂ ਹੀ ਲਗਾਤਾਰ ਇਸ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਨੇ, ਜਿਹੜੇ ਕਿ ਕੈਨੇਡਾ ਬੈਂਕ ਆਫ ਕੈਨੇਡਾ ਦੇ ਅਸੀਂ ਕਹਿ ਸਕਦੇ ਹਾਂ ਗਵਰਨਰ ਨੇ ਪੋਲੋਸ, ਉਹਨਾਂ ਨੇ ਇਸ ਤਰ੍ਹਾਂ ਦੇ ਇੰਡੀਕੇਸ਼ਨ ਦਿੱਤੇ ਹੋਏ ਨੇ ਪਿਛਲੇ ਮਹੀਨੇ ਤੋਂ ਲੈ ਕੇ ਕਿ ਅਸੀਂ ਵਿਆਜ ਦਰਾਂ ਵਧਾਵਾਂਗੇ, ਵਿਆਜ ਦਰਾਂ ਵਧਾਵਾਂਗੇ, ਵਿਆਜ ਦਰਾਂ ਵਧਾਵਾਂਗੇ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ 12 ਜੁਲਾਈ ਨੂੰ ਇਸ ਤਰ੍ਹਾਂ ਦੀ ਮੀਟਿੰਗ ਹੋ ਰਹੀ ਹੈ ਜਿਸ 'ਚ ਹੁਣ ਪੂਰੀ ਆਸ ਕੀਤੀ ਜਾ ਸਕਦੀ ਹੈ ਕਿ ਵਿਆਜ ਦਰਾਂ ਵਧਣਗੀਆਂ। ਦੂਜੀ ਗੱਲ ਕਿ ਵਿਆਜ ਦਰਾਂ ਕਿਉਂ ਵਧਣਗੇ, ਹੈ ਨਾ? ਇਹਦੇ 'ਚ ਜਿਹੜਾ ਮੇਨ ਫੈਕਟਰ ਅਸੀਂ ਦੇਖ ਰਹੇ ਹਾਂ, ਜਿਹੜੀ ਉਹਨਾਂ ਦੀ ਦਲੀਲ ਹੈ, ਇੱਕ ਤਾਂ ਇਹ ਕਿ ਕੈਨੇਡਾ ਦੀ ਆਰਥਿਕਤਾ ਬਹੁਤ ਮਜ਼ਬੂਤ ਹੋ ਰਹੀ ਹੈ ਉਹਨਾਂ ਦੇ ਕਹਿਣ ਅਨੁਸਾਰ, ਕਿ ਇੱਥੇ ਨੌਕਰੀਆਂ ਵੀ ਵੱਧ ਰਹੀਆਂ ਨੇ, ਵਪਾਰ ਦੇ ਵਿੱਚ ਵੀ ਤੇਜ਼ੀ ਆ ਰਹੀ ਹੈ, ਲੋਕਾਂ ਕੋਲ ਪੈਸੇ ਵੀ ਚੰਗੇ ਆ ਰਹੇ ਨੇ, ਕਾਫੀ ਸਥਿਰਤਾ ਵਾਲੀ ਪੋਜੀਸ਼ਨ ਕਹਿੰਦੇ ਅਸੀਂ ਕਹਿ ਸਕਦੇ ਹਾਂ ਕਿ ਇਸ ਵੇਲੇ ਕੈਨੇਡਾ ਦੇ ਵਿੱਚ ਬਣੀ ਹੋਈ ਹੈ ਇਕੋਨੋਮੀ ਦੀ, ਇਸ ਕਰਕੇ ਉਹ ਵਿਆਜ ਦਰਾਂ ਵਧਾਈਆਂ ਜਾਂਦੀਆਂ ਨੇ। ਦੂਜਾ ਗੱਲ ਉਹ ਕਹਿੰਦੇ ਕਿ ਜਿਹੜਾ ਅਸੀਂ ਵਿਆਜ ਦਰਾਂ ਘਟਾਈਆਂ ਸੀ ਪਿਛਲੇ ਸਾਲਾਂ ਦੇ ਵਿੱਚ ਹੌਲੀ ਹੌਲੀ ਕਰਕੇ, ਉਹਦਾ ਇੱਕ ਮੰਤਵ ਸੀ, ਉਹ ਮੰਤਵ ਹੁਣ ਪੂਰਾ ਹੋ ਗਿਆ। 2008 ਅਤੇ 9 ਦੇ ਵਿੱਚ ਦੁਨੀਆ ਦੇ ਵਿੱਚ ਖਾਸ ਤੌਰ 'ਤੇ ਅਤੇ ਇੱਧਰ ਨੌਰਦਰਨ ਅਮੈਰੀਕਾ ਦੇ ਵਿੱਚ ਆਮ ਤੌਰ 'ਤੇ ਇਕਨੋਮਿਕ ਡਿਪਰੈਸ਼ਨ ਆਇਆ ਸੀ, ਜਿਹਨੂੰ ਅਸੀਂ ਆਰਥਿਕ ਮੰਦਵਾੜਾ ਕਹਿੰਦੇ ਹਾਂ। ਉਹਦੇ ਨਾਲ ਕੀ ਹੋਇਆ ਸੀ ਕਿ ਬਹੁਤ ਸਾਰੀਆਂ ਚੀਜ਼ਾਂ ਇੱਕਦਮ ਇਕੋਨੋਮੀ ਖੜ ਗਈ ਸੀ, ਰੇਟ ਟੁੱਟ ਗਏ ਸੀ, ਖਾਸ ਤੌਰ 'ਤੇ ਹਾਊਸਿੰਗ ਮਾਰਕੀਟ ਦੇ ਵਿੱਚ ਇਹ ਮੰਦਵਾੜਾ ਸ਼ੁਰੂ ਹੋਇਆ ਸੀ ਅਮੈਰੀਕਾ ਦੇ ਵਿੱਚ, ਉਹਦਾ ਅਸਰ ਕੈਨੇਡਾ ਦੇ ਉੱਤੇ ਵੀ ਪਿਆ। ਅਮਰੀਕਾ ਨੇ ਵੀ ਫਿਰ ਆਪਦੇ ਸਾਰੇ ਇੰਟਰਸਟ ਰੇਟ ਘਟਾ ਕੇ ਜ਼ੀਰੋ 'ਤੇ ਕਰਤੇ ਸੀ ਬੈਂਕਾਂ ਦੇ, ਤਾਂ ਜੋ ਵੱਧ ਤੋਂ ਵੱਧ ਇੱਕ ਸਟਿਮੂਲੇਟ ਦਿੱਤਾ ਜਾ ਸਕੇ ਲੋਕਾਂ ਨੂੰ ਅਤੇ ਬਿਜ਼ਨਸ ਨੂੰ ਕਿ ਤੁਸੀਂ ਬਿਜ਼ਨਸ ਕਰੋ। ਉਹਨਾਂ ਨੂੰ ਬਹੁਤ ਸਾਰੀਆਂ ਰਾਇਤਾਂ ਵੀ ਦਿੱਤੀਆਂ ਗਈਆਂ ਸੀ, ਉਹੀ ਹਾਲਾਤ ਕੈਨੇਡਾ ਦੇ ਵਿੱਚ ਕ੍ਰੀਏਟ ਕੀਤੇ ਗਏ ਸੀ। ਇੱਥੇ ਵੀ ਫਿਰ ਵਿਆਜ ਦਰਾਂ ਹੌਲੀ ਹੌਲੀ ਬਹੁਤ ਸਾਰੀਆਂ ਘਟਾ ਦਿੱਤੀਆਂ ਗਈਆਂ ਸੀ ਤਾਂ ਜੋ ਇੱਥੋਂ ਦੀ ਇਕੋਨੋਮੀ ਨੂੰ ਬੂਸਟ ਕੀਤਾ ਜਾ ਸਕੇ। ਤਾਂ ਹੁਣ ਗਵਰਨਰ ਕਹਿੰਦੇ ਨੇ ਕਿ ਇਹ ਇਕੋਨੋਮੀ ਬੂਸਟ ਹੋ ਗਈ ਹੈ, ਉਹ ਕੰਮ 2008 ਅਤੇ 9 ਦੇ ਵਿੱਚ ਜਿਹੜੇ ਰੇਟ ਸੀਗੇ ਅਸੀਂ ਬਹੁਤ ਸਾਰੇ ਘਟਾਏ, ਉਹਨੇ ਆਪਦਾ ਕੰਮ ਪੂਰਾ ਕਰ ਦਿੱਤਾ, ਅਤੇ ਪਿਛਲੇ 7 ਸਾਲਾਂ ਤੋਂ ਜਿਹੜੇ ਕਿ ਲੋਐਸਟ ਇਕਨੋਮਿਕ ਰੇਟ ਚੱਲ ਰਹੇ ਨੇ ਇੰਟਰਸਟ ਦੇ, ਹੁਣ ਉਹਨਾਂ ਨੂੰ ਵਧਾਉਣ ਦਾ ਸਮਾਂ ਆ ਗਿਆ, ਇੱਕ ਗੱਲ। ਦੂਜੀ ਗੱਲ ਕਿ ਕੋਈ ਸਾਡੀ ਇਕੋਨੋਮੀ ਪ੍ਰਭਾਵਿਤ ਹੁੰਦੀ ਹੈ ਅਮੈਰੀਕਾ ਦੀ ਇਕੋਨੋਮੀ ਦੇ ਉੱਤੇ, ਜੇ ਅਮਰੀਕਾ ਦੀ ਫੈਡਰਲ ਬੈਂਕ ਨੇ ਆਪਦੇ ਇੰਟਰਸਟ ਰੇਟ ਵਧਾਉਣੇ ਸ਼ੁਰੂ ਕਰ ਦਿੱਤੇ ਹੋਏ ਨੇ, ਦੋ ਵਾਰੀ ਉਹਨਾਂ ਨੇ ਪਿਛਲੇ ਸਾਲ ਵਧਾਏ, ਸੋਰੀ ਦੋ ਵਾਰੀ ਹੁਣ ਵਧਾਏ 2017 ਦੇ ਵਿੱਚ, ਇਹਦਾ ਭਾਵ ਅਮਰੀਕਾ 4 ਵਾਰ ਆਪਣੇ ਇੰਟਰਸਟ ਰੇਟ ਵਧਾ ਚੁੱਕਿਆ ਹੋਇਆ। ਉਹਨਾਂ ਦਾ ਜਿਹੜਾ ਲੈਂਡਿੰਗ ਰੇਟ ਆ ਤਕਰੀਬਨ ਪ੍ਰਾਈਮ ਰੇਟ ਆ ਜਿਹੜਾ 4% 'ਤੇ ਚੱਲਿਆ ਗਿਆ, ਜਦੋਂ ਕਿ ਕੈਨੇਡਾ ਦਾ ਲੈਂਡਿੰਗ ਰੇਟ ਹਾਲੇ ਵੀ 2.7% 'ਤੇ ਹੀ ਚੱਲ ਰਿਹਾ ਹੈ। ਇਸ ਕਰਕੇ ਅਮਰੀਕਾ ਦਾ ਵੀ ਇੱਕ ਤਰ੍ਹਾਂ ਨਾਲ ਪ੍ਰਭਾਵ ਹੈ ਕੈਨੇਡਾ ਦੇ ਉੱਤੇ ਕਿ ਤੁਸੀਂ ਆਪਦੇ ਇੰਟਰਸਟ ਰੇਟ ਵਧਾਓ। ਤਾਂ ਹੁਣ ਪੂਰੀ ਪੋਸੀਬਿਲਿਟੀ ਬਣ ਗਈ ਹੈ, ਜਿਸ ਤਰ੍ਹਾਂ ਦੀ ਸਾਡੇ ਕੋਲ ਜੋਬ ਮਾਰਕੀਟ ਆ ਰਹੀ ਹੈ, ਸਾਡੇ ਟ੍ਰੇਡ ਦਾ ਕੰਮ ਆ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ ਹੁਣ ਲਾਜ਼ਮੀ ਤੌਰ 'ਤੇ ਇਹ ਰੇਟ ਵਧਣਗੇ, ਵਧਣਗੇ ਹੌਲੀ ਹੌਲੀ। ਇਹ ਨਹੀਂ ਕਿ ਇੱਕੋ ਟਰਮ 'ਚ ਵੱਧ ਜਾਣਗੇ, ਪਹਿਲੀ ਟਰਮ 'ਚ ਇਹ ਆਸ ਕੀਤੀ ਜਾ ਰਹੀ ਹੈ ਕਿ ਇੱਕ ਕੁਆਟਰ ਰੇਟ ਵਧਣਗੇ, ਭਾਵ 0.25%, ਹੈ ਨਾ? ਜੇ ਇੰਨੇ ਰੇਟ ਵੱਧਦੇ ਕੋਈ ਬੜਾ ਅਸਰ ਤਾਂ ਨਹੀਂ ਪੈਣਾ ਇਹਦਾ, ਪਰ ਇੱਕ ਸਾਈਕੋਲੋਜੀ ਦੇ ਨਾਲ ਚੇਂਜ ਹੋ ਜਾਂਦੀ ਹੈ ਕਾਫੀ। ਕੈਨੇਡਾ ਦੇ ਵਿੱਚ ਅੱਜ ਨੌਕਰੀਆਂ ਦੀ ਕੀ ਸਥਿਤੀ ਹੈ? ਤੁਹਾਨੂੰ ਲੱਗਦਾ ਹੈ ਕਿ ਜੋਬ ਮਾਰਕੀਟ ਗਰਮ ਹੈ? ਬਿਲਕੁਲ, ਕਿਉਂਕਿ ਨੌਕਰੀਆਂ ਦੀ ਸਥਿਤੀ ਅਤੇ ਜੋਬ ਮਾਰਕੀਟ ਦੇ ਉੱਤੇ ਹੀ ਆਰਥਿਕਤਾ ਟਿਕੀ ਹੋਈ ਹੈ। ਇਹਦੇ ਨਾਲ ਹੀ ਜਿਹੜੇ ਬੈਂਕ ਆਫ ਕੈਨੇਡਾ ਦੇ ਇੰਟਰਸਟ ਰੇਟ ਵਧਣ ਦਾ ਫਾਰਮੂਲਾ ਵੀ ਨਾਲ ਜੁੜ ਜਾਂਦਾ ਇੱਕ ਤਰ੍ਹਾਂ ਦੇ ਨਾਲ, ਕਿਉਂਕਿ ਜੇ ਹੁਣ ਇਕੋਨੋਮੀ ਅੱਛੀ ਹੈ ਤਾਂ ਭਾਵ ਜੋਬਸ ਬਹੁਤ ਕ੍ਰੀਏਟ ਹੋ ਰਹੀਆਂ ਨੇ, ਤਾਂ ਉਸ ਤੋਂ ਬਾਅਦ ਇਹ ਮੰਨਿਆ ਜਾਊਗਾ ਕਿ ਇਕੋਨੋਮੀ ਅੱਛੀ ਹੈ। ਜੇ ਜਿਉਂ ਜਿਉਂ ਇਕੋਨੋਮੀ ਸਟਰੋਂਗ ਹੁੰਦੀ ਹੈ ਉਹਦੇ ਨਾਲ ਹੀ ਇੰਟਰਸਟ ਰੇਟਾਂ ਦਾ ਵਧਣਾ ਵੀ ਲਾਜ਼ਮੀ ਹੁੰਦਾ, ਉਹਦੇ ਨਾਲ ਇੰਟਰਸਟ ਰੇਟ ਵੱਧਦੇ ਆ। ਜਿਹੜਾ ਅੱਜ ਸਾਡੇ ਕੋਲ ਡਾਟਾ ਆਇਆ ਨੌਕਰੀਆਂ ਦਾ ਕੈਨੇਡਾ ਦੇ ਵਿੱਚ, ਉਹ ਕਾਫੀ ਹੀ ਇਨਕਰੇਜਿੰਗ ਹੈ। ਉਹਦੇ ਵਿੱਚ ਇਹ ਕਿਹਾ ਗਿਆ ਕਿ ਜੂਨ ਮਹੀਨੇ ਦੇ ਵਿੱਚ ਤਕਰੀਬਨ 45,300 ਨਵੀਆਂ ਨੌਕਰੀਆਂ ਪੈਦਾ ਹੋਈਆਂ ਨੇ, ਇਹ ਇੱਕ ਵੱਡਾ ਹਿੰਸਾ ਇੱਕ ਤਰ੍ਹਾਂ ਦਾ। ਜੇ ਅਸੀਂ ਟੋਟਲ ਸੈਕਿੰਡ ਕੁਆਟਰ ਦੇ ਲਈਏ, 3 ਮਹੀਨਿਆਂ ਨੂੰ ਲਈਏ ਸੈਕਿੰਡ ਕੁਆਟਰ ਦੇ ਵਿੱਚ, ਇਹਦੇ 'ਚ 1,03,000 ਨਵੀਆਂ ਨੌਕਰੀਆਂ ਪੈਦਾ ਹੋਈਆਂ ਨੇ। ਜੇ 1,03,000 ਨਵੀਆਂ ਨੌਕਰੀਆਂ ਪੈਦਾ ਹੋਈਆਂ ਨੇ, ਇਹ ਡਾਟਾ ਜਿਹੜਾ 2010 ਤੋਂ ਬਾਅਦ ਪਹਿਲੀ ਵਾਰੀ ਹੈ ਕਿ ਕਿਸੇ ਇੱਕ ਕੁਆਟਰ ਦੇ ਵਿੱਚ ਇੰਨੀਆਂ ਵੱਧ ਨੌਕਰੀਆਂ ਪੈਦਾ ਹੋਈਆਂ ਹੋਣ। ਇਸ ਲਈ ਇਹ ਇੰਡੀਕੇਸ਼ਨ ਹੈ ਇੱਕ ਮਜ਼ਬੂਤ ਇਕੋਨੋਮੀ ਦੀ ਜਾਂ ਸਾਡੇ ਬਿਜ਼ਨਸ ਦੀ, ਜਿਹੜਾ ਕਿ ਨਵੀਆਂ ਜੋਬਸ ਕ੍ਰੀਏਟ ਕਰ ਰਿਹਾ, ਇੱਕ ਤਾਂ ਇਹ ਪੱਖ ਹੈ ਇਹਦਾ। ਜੇ ਹੁਣ ਇਹ ਵੱਧ ਜੋਬਸ ਕ੍ਰੀਏਟ ਹੁੰਦੀਆਂ ਨੇ, ਠੀਕ ਹੈ, ਇਹਦੇ ਵਿੱਚ ਬਹੁਤੀਆਂ ਜੋਬਸ ਨੇ ਜਿਹੜੀਆਂ ਪਾਰਟ ਟਾਈਮ ਕ੍ਰੀਏਟ ਹੋਈਆਂ ਨੇ 37,000 ਅਤੇ ਫੁੱਲ ਟਾਈਮ ਸਿਰਫ 8,000 ਹੋਈਆਂ ਨੇ, ਪਰ ਜੇ ਅਸੀਂ ਟੋਟਲ ਕੁਆਟਰ ਨੂੰ ਦੇਖੀਏ ਜਾਂ ਪਿਛਲੇ 6 ਮਹੀਨਿਆਂ ਨੂੰ ਦੇਖੀਏ, ਇਹਦੇ ਵਿੱਚ ਫੁੱਲ ਟਾਈਮ ਜੋਬਸ ਵੀ ਕਾਫੀ
ਕਾਫੀ ਕ੍ਰੀਏਟ ਹੋਈਆਂ ਨੇ, ਇਸ ਲਈ ਅੱਛੀ ਆਰਥਿਕਤਾ ਦਾ ਇੰਡੀਕੇਸ਼ਨ ਇਹਦੇ ਤੋਂ ਬਣ ਜਾਂਦਾ। ਦੂਜਾ ਜੇ ਅਸੀਂ ਇਹਨੂੰ ਸੂਬਾ ਵਾਈਜ਼ ਦੇਖੀਏ ਤਾਂ ਉਹਦੇ ਹਿਸਾਬ ਦੇ ਨਾਲ ਪ੍ਰੋਵਿੰਸ ਵਾਈਜ਼ ਦੇ ਵਿੱਚ ਕਿ ਕਿਊਬੈਕ ਦੇ ਵਿੱਚ ਸਭ ਤੋਂ ਵੱਧ ਨੌਕਰੀਆਂ ਪੈਦਾ ਹੋਈਆਂ, 28,000 ਨੌਕਰੀਆਂ ਉੱਥੇ ਪੈਦਾ ਹੋਈਆਂ। ਅਤੇ ਉਹ ਤੋਂ ਇਲਾਵਾ ਫਿਰ ਜਿਹੜਾ BC ਦੇ ਵਿੱਚ ਵੀ 20,000 ਨੌਕਰੀਆਂ ਪੈਦਾ ਹੋਈਆਂ। ਸੋ ਕਬੈਕ ਅਤੇ BC ਦੋਨੇ ਹੀ ਨੌਕਰੀਆਂ ਨੂੰ ਪੈਦਾ ਕਰਨ ਦੇ ਵਿੱਚ ਇੱਕ ਵੱਡੇ ਇੰਡੀਕੇਸ਼ਨ ਦੇ ਤੌਰ 'ਤੇ ਸਾਹਮਣੇ ਆਏ ਨੇ। ਸੋ ਇਹਨਾਂ ਨੇ ਕਾਫੀ ਲੋਕਾਂ ਦੇ ਵਿੱਚ ਇੱਕ ਨਵੀਂ ਭਾਵਨਾ ਕ੍ਰੀਏਟ ਕੀਤੀ ਹੈ ਜੇ ਹੁਣ ਵੱਧ ਜੋਬਸ ਕ੍ਰੀਏਟ ਹੋਣਗੀਆਂ, ਇਹਦੀ ਇੱਕ ਇੰਡੀਕੇਸ਼ਨ ਇਹ ਲਈ ਜਾ ਰਹੀ ਹੈ ਕਿ ਇਕੋਨੋਮੀ ਸਟਰੋਂਗ ਹੋ ਰਹੀ ਹੈ। ਜੇ ਸਟਰੋਂਗ ਹੋ ਰਹੀ ਹੈ ਤਾਂ ਲਾਜ਼ਮੀ ਹੈ ਕਿ ਬੈਂਕ ਦੇ ਜਿਹੜੇ ਰੇਟ ਆਫ ਇੰਟਰਸਟ ਹੈ ਉਹਦੇ ਵਧਣ ਦੀਆਂ ਸੰਭਾਵਨਾਵਾਂ ਹੋਰ ਵੀ ਮਜ਼ਬੂਤ ਹੋ ਗਈਆਂ ਪਹਿਲਾਂ ਦੇ ਮੁਕਾਬਲੇ 'ਤੇ। ਸੋ ਇੱਕ ਚੰਗੀ ਪ੍ਰਭਾਵ ਦਿੱਤਾ ਜਾ ਰਿਹਾ ਕਿ ਪਹਿਲਾਂ ਬਹੁਤ ਸਾਰੀਆਂ ਜੋਬਸ ਘੱਟ ਸੀਗੀਆਂ, ਹੁਣ ਜੋਬਸ ਵੱਧ ਆ ਰਹੀਆਂ ਨੇ ਜਿਹਦੇ ਨਾਲ ਲੋਕਾਂ ਦਾ ਰਹਿਣਾ ਬਹਿਣਾ ਸਹੀ ਹੋ ਸਕਦਾ, ਠੀਕ ਹੋ ਸਕਦਾ, ਉਹਨਾਂ ਦੀ ਸਹੂਲਤਾਂ ਵੱਧ ਸਕਦੀਆਂ ਨੇ। ਤਾਂ ਇਹ ਵੀ ਇੱਕ ਪੱਖ ਹੈ ਜਿਹਦੇ ਵਿੱਚ ਅਨਇੰਪਲੋਇਮੈਂਟ ਰੇਟ ਹੈ ਜਿਹੜਾ ਉਹ ਘੱਟ ਰਿਹਾ। ਹਰ ਮਹੀਨੇ ਪਿਛਲੇ ਕੁਆਰਟਰ ਦੇ ਵਿੱਚ ਇਹ 6.6% ਸੀ, ਹੁਣ ਉਹ ਘੱਟ ਕੇ 6.5% 'ਤੇ ਆ ਗਿਆ। ਜਿਹੜਾ BC ਦਾ ਅਨਇੰਪਲੋਇਮੈਂਟ ਰੇਟ ਹੈ ਉਹ 5.2 ਤੋਂ 5.1 'ਤੇ ਆ ਗਿਆ। ਇਹਦਾ ਭਾਵ ਕਾਫੀ ਸਟਰੋਂਗ ਇਕੋਨਮੀ ਦੀ ਇਹ ਅਸੀਂ ਕਹਿ ਸਕਦੇ ਹਾਂ ਕਿ ਉੱਧਰ ਨੂੰ ਵੱਧ ਰਹੇ ਹਾਂ। ਇਸ ਕਰਕੇ ਜੇ ਇੰਟਰਸਟ ਰੇਟ ਵਧਾਏ ਵੀ ਜਾਂਦੇ ਨੇ ਇਸ ਖੇਤਰ ਦੇ ਵਿੱਚ ਤਾਂ ਲੋਕ ਹੋ ਸਕਦਾ ਇਸ ਨੂੰ ਸਹਿਣ ਕਰਨ ਦੀ ਪੋਜੀਸ਼ਨ ਦੇ ਵਿੱਚ ਹੀ ਆ ਜਾਣ। ਕੀ ਕੈਨੇਡਾ ਦਾ ਵਪਾਰ ਵੀ ਵੱਧ ਰਿਹਾ ਹੈ, ਕਿ ਇਹੀ ਕਾਰਨ ਹੋ ਸਕਦਾ ਹੈ ਕਿ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਵਧਾਉਣ ਦਾ ਫੈਸਲਾ ਕੀਤਾ? ਹਾਂ ਰਮਨ, ਇਹ ਵੀ ਇੱਕ ਕਾਫੀ ਫੈਕਟਰ ਹੈ ਇਹਦੇ ਵਿੱਚ, ਕਿਉਂਕਿ ਜਦੋਂ ਸਾਰੀ ਇਕੋਨਮੀ ਦੇ ਵਿੱਚ ਕੋਈ ਇਨਕਰੀਜ਼ ਆਉਂਦੀ ਹੈ ਉਹਦੇ ਨਾਲ ਹੀ ਅਸੀਂ ਕਹਿੰਦੇ ਹਾਂ ਇਕੋਨਮੀ ਸਟਰੋਂਗ ਹੁੰਦੀ ਹੈ। ਵਪਾਰ ਦੇ ਵਿੱਚ ਵੀ ਕੱਲ੍ਹ ਸਾਡੇ ਕੋਲ ਇੰਡੀਕੇਸ਼ਨ ਆਈਆਂ ਸੀ ਜਿਹੜੀਆਂ ਕੈਨੇਡਾ ਦੇ ਫਿਗਰਸ ਸਾਡੇ ਪਾਸ, ਉਹ 'ਚ ਕਿਹਾ ਜਾ ਰਿਹਾ ਕਿ ਕੈਨੇਡਾ ਦਾ ਜਿਹੜਾ ਵਪਾਰ ਦਾ ਵੋਲਿਊਮ ਹੈ ਉਹਦੇ ਵਿੱਚ ਕਾਫੀ ਵਾਧਾ ਹੋ ਰਿਹਾ। ਹਾਂਜੀ, ਉਹ ਦੋਨੇ ਪਾਸਾਂ 'ਤੇ ਹੋ ਰਿਹਾ, ਇੰਪੋਰਟਸ ਦੇ ਵਿੱਚ ਵੀ ਅਤੇ ਐਕਸਪੋਰਟਸ ਦੇ ਵਿੱਚ ਵੀ। ਇੰਪੋਰਟਸ ਠੀਕ ਹੈ, ਜ਼ਿਆਦਾ ਵਧੀਆਂ ਨੇ ਕੰਪੈਰੇਟਿਵਲੀ, ਉਹਦੇ ਵਿੱਚ ਵੀ ਦੇਖਿਆ ਗਿਆ ਕਿ ਏਅਰਕ੍ਰਾਫਟ ਦੇ ਵਿੱਚ ਜਾਂ ਟਰਾਂਸਪੋਰਟੇਸ਼ਨ ਇਕੁਪਮੈਂਟ ਜਿਹੜਾ ਚਾਹੀਦਾ, 5 ਨਵੀਆਂ ਏਅਰਲਾਈਨਸ ਆ ਰਹੀਆਂ ਨੇ ਉਹਦੇ ਕਰਕੇ ਵੱਧ ਸਾਜੋ ਸਮਾਨ ਦੀ ਲੋੜ ਪਈ ਹੈ ਜੂਨ ਦੇ ਵਿੱਚ। ਇਕੱਲਾ ਏਅਰ ਖੇਤਰ ਦੇ ਵਿੱਚ ਹੀ ਅਸੀਂ ਦੇਖੀਏ ਤਾਂ 45% ਦਾ ਵਾਧਾ ਹੋ ਗਿਆ ਇੰਪੋਰਟਸ ਦੇ ਵਿੱਚ, ਜਿਹੜਾ ਸਮਾਨ ਬਾਹਰੋਂ ਇੱਥੇ ਮੰਗਵਾਇਆ ਗਿਆ, ਜਿਹਦੇ ਕਰਕੇ ਬਹੁਤਾ ਇਹਦੇ 'ਚ ਮੰਨਿਆ ਜਾ ਰਿਹਾ ਕਿ ਤਕਰੀਬਨ 49.8 ਬਿਲੀਅਨ ਡਾਲਰਾਂ ਦਾ ਜਿਹੜਾ ਸਮਾਨ ਆ ਜਿਹੜਾ ਬਾਹਰੋਂ ਇੱਥੇ ਆਇਆ, ਜਦੋਂ ਕਿ ਜਿਹੜਾ ਇੱਥੋਂ ਗਿਆ ਉਹ 48.8 ਬਿਲੀਅਨ ਡਾਲਰਾਂ ਦਾ। ਇਹਦਾ ਭਾਵ 1.1 ਬਿਲੀਅਨ ਡਾਲਰਾਂ ਦਾ ਜਿਹੜਾ ਗੈਪ ਡੈਫੀਸਿਟ ਉਹ ਇਹਦੇ ਵਿੱਚ ਦੇਖਿਆ ਜਾ ਰਿਹਾ, ਪਰ ਇਸ ਨੂੰ ਕੋਈ ਵੱਡਾ ਨਹੀਂ ਮੰਨਿਆ ਜਾ ਰਿਹਾ। ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਸਾਡੇ ਐਕਸਪੋਰਟਸ ਵੱਧ ਰਹੇ ਨੇ, ਬਾਹਰ ਨੂੰ ਸਮਾਨ ਭੇਜਿਆ ਜਾ ਰਿਹਾ, ਬਾਹਰ ਲੋਕਾਂ ਦੀ ਡਿਮਾਂਡ ਹੈਗੀ ਹੈ ਸਾਡੇ ਸਮਾਨ ਦੀ, ਅਤੇ ਜਿਹੜਾ ਬਾਹਰੋਂ ਮਾਲ ਆ ਰਿਹਾ ਉਹ ਵੀ 7 ਮਹੀਨਿਆਂ ਤੋਂ ਲਗਾਤਾਰ ਵੱਧ ਆ ਰਿਹਾ। ਇਹਦੇ ਨਾਲ ਟਰਾਂਸਪੋਰਟੇਸ਼ਨ ਵੱਧ ਗਈ, ਟਰੱਕਾਂ ਦਾ ਕੰਮ ਵੱਧ ਗਿਆ, ਸਾਰਾ ਬਿਜ਼ਨਸ ਟੋਟਲ ਉਹਦੇ ਵਿੱਚ ਵੱਧ ਜਾਂਦੀ ਹੈ, ਨਵੀਆਂ ਜੋਬਸ ਇਹਦੇ ਵਿੱਚ ਕ੍ਰੀਏਟ ਹੋਣ ਦੀ ਪੋਸੀਬਿਲਟੀ ਵੱਧ ਜਾਂਦੀ ਹੈ। ਸੋ ਜਿਉਂ ਜਿਉਂ ਵਪਾਰ ਵਧੂਗਾ ਇਹਦੇ ਨਾਲ ਪੋਸੀਬਿਲਟੀ ਹੈ ਕਿ ਇਕੋਨਮੀ ਹੋਰ ਸਟਰੋਂਗ ਹੋਵੇਗੀ। ਖਾਸ ਤੌਰ 'ਤੇ ਸਾਡਾ ਇੰਨਾ ਰੌਲਾ ਪੈ ਰਿਹਾ ਅਮੈਰੀਕਾ ਦੇ ਨਾਲ ਅੱਜ ਕੱਲ੍ਹ, ਪਰ ਅਮੈਰੀਕਾ ਦੇ ਨਾਲ ਵੀ ਵਪਾਰ ਦੇ ਵਿੱਚ ਕਾਫੀ ਵਾਧਾ ਹੋਇਆ, 2-way ਵਪਾਰ ਹੈ ਜਿਹੜਾ ਦੋਨੇ ਦੇਸ਼ਾਂ ਦਾ, 98.5 ਬਿਲੀਅਨ ਡਾਲਰਾਂ 'ਤੇ ਪਹੁੰਚ ਗਿਆ, ਜਿਹੜਾ ਕਿ ਇੱਕ ਵੱਡੀ ਰਕਮ ਹੈ ਇੱਕ ਤਰ੍ਹਾਂ ਦੀ। ਸੋ ਇਹ ਵੀ ਇੱਕ ਵੋਲੀਅਮ ਹੈ ਜਿਹੜਾ ਟ੍ਰੇਡ ਦਾ ਵੱਧ ਜਾਣਾ, ਇਹਦਾ ਭਾਵ ਐਕਟੀਵਿਟੀ ਵੱਧ ਗਈ ਹੈ, ਇਸ ਨਾਲ ਵੀ ਚੰਗੇ ਪ੍ਰਭਾਵ ਪੈਣ ਦੀ ਪੋਸੀਬਿਲਟੀ ਬਣ ਗਈ ਕਿ ਸਰ ਜੇ ਵਪਾਰ ਵੱਧ ਰਿਹਾ, ਇਕੋਨਮੀ ਸਟਰੋਂਗ ਹੋ ਰਹੀ ਹੈ, ਤਾਂ ਇਹਦੇ ਨਾਲ ਵੀ ਬੈਂਕ ਆਫ ਕੈਨੇਡਾ ਦੇ ਲਈ ਇੱਕ ਈਜ਼ੀ ਹੋ ਗਿਆ ਰਾਹ ਕਿ ਉਹ ਇੰਟਰਸਟ ਰੇਟ ਵਧਾ ਸਕਦੇ ਨੇ। ਸੋ ਇੰਡੀਕੇਸ਼ਨ ਜਾ ਰਹੀਆਂ ਨੇ ਕਿ ਜੇ ਵਪਾਰ ਵੱਧ ਰਿਹਾ, ਨੌਕਰੀਆਂ ਵੱਧ ਰਹੀਆਂ ਨੇ, ਇਹਦਾ ਭਾਵ ਆਰਥਿਕਤਾ ਮਜ਼ਬੂਤ ਹੋ ਰਹੀ ਹੈ, ਤਾਂ ਬੈਂਕ ਵਾਲੇ ਲਾਜ਼ਮੀ ਤੌਰ 'ਤੇ ਇਹਦਾ ਜਿਹੜਾ ਰੇਟ ਹੈ ਉਹ ਇੰਟਰਸਟ ਦਾ ਵਧਾਉਣਗੇ। ਜੇ ਹੁਣ ਕੁਆਰਟਰ ਵਧਾਉਣਗੇ, ਅਗਲੀ ਵਾਰੀ ਫਿਰ ਕੁਆਰਟਰ ਵਧਾਉਣਗੇ, ਹੋ ਸਕਦਾ ਸਾਲ ਦੇ ਐਂਡ ਤੱਕ ਇਹ 0.50 'ਤੇ ਪਹੁੰਚ ਜਾਵੇ, ਪੋਸੀਬਿਲਟੀ ਇਸ ਤਰ੍ਹਾਂ ਦੀ। ਵਿਆਜ ਦਰਾਂ ਵਧਣ ਦੇ ਨਾਲ ਹਾਊਸਿੰਗ ਮਾਰਕੀਟ 'ਤੇ ਕੀ ਅਸਰ ਪੈ ਸਕਦਾ ਹੈ? ਹਾਂ, ਇਹ ਬਹੁਤ ਰਮਨ ਜੀ, 2-3 ਗੱਲਾਂ ਹੋ ਸਕਦੀਆਂ ਇਹਦੇ ਵਿੱਚ। ਇੱਕ ਤਾਂ ਜਦੋਂ ਵੀ ਵਿਆਜ ਦਰਾਂ ਵੱਧਦੀਆਂ ਹੁੰਦੀਆਂ ਨੇ, ਇਹਦਾ ਭਾਵ ਇਹ ਹੈ ਕਿ ਆਰਥਿਕਤਾ ਚੰਗੀ ਹੈ, ਸਾਰੀਆਂ ਚੀਜ਼ਾਂ ਦੇ ਵਿੱਚ ਇੰਡੀਕੇਸ਼ਨ ਇਹ ਵੀ ਬਣ ਜਾਂਦੀ ਹੈ ਜਦੋਂ ਵਿਆਜ ਦਰ ਬਣਨਗੇ ਤਾਂ ਹਾਊਸਿੰਗ ਮਾਰਕੀਟ ਥੋੜ੍ਹੀ ਸਟੇਬਲ ਹੋ ਜਾਂਦੀ ਹੈ, ਜਾਂ ਉਹਦੇ 'ਚ ਘਟਣ ਦੀਆਂ ਪੋਸੀਬਿਲਟੀਜ਼ ਵੀ ਬਣ ਜਾਂਦੀਆਂ ਨੇ। ਉਹਦਾ ਕਾਰਨ ਹੁੰਦਾ ਕਿ ਲੋਕਾਂ ਦੀ ਪਰਚੇਜ਼ਿੰਗ ਪਾਵਰ ਘੱਟ ਜਾਂਦੀ ਹੈ। ਜਿਹੜੇ ਇਕੋਨੋਮਿਸਟ ਨੇ ਉਹ ਕਹਿ ਰਹੇ ਨੇ ਕਿ ਜੇ 1% ਵਿਆਜ ਦੀ ਦਰ ਵੱਧਦੀ ਹੈ ਤਾਂ ਲੋਕਾਂ ਦੀ ਪਰਚੇਜ਼ਿੰਗ ਪਾਵਰ 11% ਘੱਟ ਜਾਂਦੀ ਹੈ। ਇਹਦਾ ਭਾਵ ਉਹਨਾਂ ਦੀ ਸ਼ਕਤੀ ਘੱਟ ਗਈ, ਖਰੀਦ ਸ਼ਕਤੀ ਘੱਟ ਗਈ। ਜੇ ਖਰੀਦ ਸ਼ਕਤੀ ਘੱਟ ਗਈ ਉਹ ਫਿਰ ਬਹੁਤੇ ਮਹਿੰਗੇ ਮਕਾਨ ਨਹੀਂ ਲੈ ਪਾਉਣਗੇ ਕਿਉਂਕਿ ਪੈਸੇ ਘੱਟ ਗਏ ਉਹਨਾਂ ਕੋਲ, ਲੋਨ ਉਹਨਾਂ ਨੂੰ ਘੱਟ ਮਿਲੂਗਾ, ਉਹ ਘੱਟ ਲਈ ਕੁਆਲੀਫਾਈ ਕਰਨਗੇ ਇੱਕ ਤਰ੍ਹਾਂ ਦੇ ਨਾਲ। ਇਹਦਾ ਭਾਵ ਫਿਰ ਜੇ ਇਸ ਤਰ੍ਹਾਂ ਦੀ ਪੋਜੀਸ਼ਨ ਆਊਗੀ ਤਾਂ ਰੇਟ ਨੇ ਜਿਹੜੇ ਥੋੜ੍ਹੇ ਜਿਹੇ ਘੱਟ ਸਕਦੇ ਆ। ਇਹ ਗੌਰਮੈਂਟ ਚਾਹੁੰਦੀ ਹੈ, ਗੌਰਮੈਂਟ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੈਨੇਡਾ ਦੀ ਗੌਰਮੈਂਟ ਵੀ ਅਤੇ ਦੋਨੇ ਹੀ ਗੌਰਮੈਂਟਸ ਜਿੱਥੇ ਰੇਟ ਬਹੁਤੇ ਵੱਧਦੇ ਨੇ, ਓਨਟੈਰੀਓ ਅਤੇ BC ਦੀ, ਇਹ ਚਾਹੁੰਦੀਆਂ ਨੇ ਕਿ ਜਿਹੜੀ ਹਾਊਸਿੰਗ ਮਾਰਕੀਟ ਹੈ ਇਹਦੇ 'ਚ ਥੋੜ੍ਹਾ ਜਿਹਾ
खड़ोत आवे। इस करके तुम देखा कि दो महीने पहला ओंटेरियो की गवर्नमेंट ने काफ़ी सारे स्टैप चुके, 15% टैक्स लाता फॉरन बायर से जिमें पहला BC वाले ने लाया से, ये तो बाद थोड़े जे होर भी यतन किए, वह रिजल्ट यह निकलिया कि उत्थे अज जी रिपोर्ट मैं पढ़ रहा टोरंटो वाले की कि 37% सेल है जी डाउन आ गई टोरंटो ग्रेटर वैन ग्रेटर टोरंटो के जो हम 37% सेल डाउन होगी नाल प्राइसिज भी डाउन आई हैं। प्राइस ये डाउन आई है कि अप्रैल दे विच जिहड़ा उत्थे सिंगल फैमिली होम की एवरेज प्राइस सी वह 9,20,000 सी डॉलर, जिहड़ी कि हुण घट के 7,93,000 डॉलर ते आ गई। इहदा भाव प्राइसिज दे विच दो महीनियां दे विच 13.8% का घाटा उत्थे देखिया जा रहा है। तो हुण जे बैंक दे रेट वध जांदे ने इंट्रस्ट रेट वध जांदा है, ये मन्निया जा रहा अर्थशास्त्रियों द्वारा कि इहदे नाल उहनां दे रेट ने जिहड़े मकानां दे थोड़े होर डाउन भी आ सकदे है। उही पोजिशन तुसीं वैनकूवर एरिए देख रहे हो, इत्थे भी ठीक है भावें मकानां दे रेट बहुते नहीं घटे पर स्टेबल होने की पोजिशन पहुँच गए ने। हाँ दोनों ही थावां दे उत्ते कॉन्डो की जिहड़ी प्राइस है वह प्राइस भी वधिया है, उहदी सेल भी वधिया है। इत्थे पिछले एक महीने दे विच वैनकूवर दे विच कॉन्डोज़ ने जिहड़े उहनां दी प्राइस 10% वध गई ते सेल तकरीबन 40% का वाधा हो गया पिछले साल के मुकाबले के उत्ते। तो ये बहुत गल्लां ने जिहड़ियां फिर जे हुण ये रेट वध जांदे ने इंट्रस्ट रेट तो ये बाद मार्केट के थोड़े होर स्टेबल होने की पॉसिबिलिटी है, जिहड़ी कि सरकार चाहुंदी है कि हाउसिंग मार्केट उस पोजिशन पर ना पहुँच जाए कि एक बबल फट जाए। हाँ जी, तो सारी इकोनोमी वह पूरा डिस्ट्रॉय कर दे, इंट्रस्ट रेट वधन का एक लाभ होगा इकोनोमी। सो ये सारिया इंडीकेशन जिहड़ियां नौकरियों का वधना व्यापार का वधना ईवन लोगों की कारां की सेल बहुत ज़्यादा वध गई, एक साल के 2 मिलियन यूनिट कारां विक गईआं, वो आटो इंडस्ट्री बड़ी खुश है अजकल इस खेत्र के उत्ते। सो सारिया ही इंडीकेशन ने कि हाउसिंग मार्केट थोड़ी स्लो हो सकती है, ये जी बाकी इकोनोमी है थोड़ी अप हो सकती है। सो कनेडा लिए टोटैलिटी के सारिया गलों चंगा ही मनिया जा रहा, सो अच्छी आर्थिकता दावनावं बनिया हुई। ओके जी डॉक्टर साहब, आप प्रोग्राम का समा हम समाप्त हो जा रहा है, थैंक यू सो मच फॉर योर टाइम। थैंक यू जी। ए सी जी अज का विषय कल एक नवे विषय के नाल तुहाडे सामने फिर हाजिर होवांगे, तद तक देखते रहो प्राइम एशिया TV, तुहाडा अपना तुहाडे लई।